स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं पिंड वधाई तहसील ते जिला नूं श्री मुक्तसर साहब ही पैंदा है। मुक्तसर तो दोस्तों जलालाबाद रोड उत्ते जदों जाणा होवे तां उस रोड तों 1 किलोमीटर साइड ते पिंड आ वधाई, पिंड दा नाम है, एड्रैस स्क्रीन ते लगा होया, इत्थों भी तुसीं पढ़ सकदे हो। बाकी जदों जलालाबाद रोड ते तुसीं मुक्तसर वाले पासों जलालाबाद नूं जाओगे ਤਾਂ ਮੇਨ ਬੋਰਡ ਰੋਡ ਦੇ ਉੱਤੇ ਦੋਸਤੋ ਸਾਈਨ ਬੋਰਡ ਵੀ ਲੱਗਾ ਹੋਇਆ, ਵਧਾਈ ਪਿੰਡ ਦਾ ਨਾਮ ਹੈ। ਬਾਕੀ ਵੀਡੀਓ ਦੋਸਤੋ ਇਹਨਾਂ ਦੀ ਪਹਿਲਾਂ ਵੀ ਚੈਨਲ ਉੱਤੇ ਅਪਲੋਡ ਕੀਤੀ ਸੀ ਆਪਾਂ। ਉਸ ਵੀਡੀਓ ਦੇ ਵਿੱਚ 2 ਮੱਝਾਂ ਸੀ ਤੇ 1 ਗਾਂ ਸੀ ਦੋਸਤੋ, ਸੇਲ ਹੋ ਗਏ ਸੀ ਪਸ਼ੂ। ਅੱਜ ਜਿਹੜੀ ਵੀਡੀਓ ਬਣਾਉਣੀ ਉਹਦੇ 'ਚ 2 ਮੱਝਾਂ ਦੋਸਤੋ ਤੁਹਾਨੂੰ ਦਿਖਾਉਣੀਆਂ, ਦੋਨੇ ਸੂਈਆਂ ਸਵਾਈਆਂ, ਤਾਜ਼ੀਆਂ ਸੂਈਆਂ, ਬੱਚੇ ਇੱਧਰ ਹੈ, ਡਿਟੇਲ ਬਾਈ ਜੀ ਤੋਂ ਪੁੱਛ ਲਾਂਗੇ। ਤੇ 1 ਜਿਹੜੀ ਤੁਸੀਂ ਅੱਗੇ ਗਾਂ ਦੇਖ ਰਹੇ ਹੋ ਦੋਸਤੋ, ਹਜੇ ਉਹ 10-15 ਦਿਨਾਂ ਦੀ ਕੱਚੀ, ਉਹਦੀ ਵੀਡੀਓ ਫੇਰ ਬਣਾਵਾਂਗੇ ਜਦੋਂ ਮੌਕੇ ਤੇ ਤਿਆਰ ਹੋ ਜਾਂਦੀ ਹੈ। ਸੋ ਅੱਜ ਵੀਡੀਓ ਦੇ ਵਿੱਚ ਆਪਾਂ 2 ਮੱਝਾਂ ਬਾਰੇ ਬਾਈ ਜੀ ਨਾਲ ਗੱਲਬਾਤ ਕਰਾਂਗੇ। ਵੀਡੀਓ ਨੂੰ ਸ਼ੁਰੂ ਕਰੀਏ ਦੋਸਤੋ, ਉਹਦੇ ਤੋਂ ਪਹਿਲਾਂ ਬੇਨਤੀ ਹੈ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਵੀ ਪ੍ਰੈਸ ਕਰ ਦਿਓ ਜੀ। ਆਓ ਦੋਸਤੋ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦੀ ਵੀਰੇ ਆਪਣਾ? ਨਾਮ ਸ਼ਮਸ਼ੇਰ ਸਿੰਘ ਜੀ। ਸ਼ਮਸ਼ੇਰ ਸਿੰਘ, ਠੀਕ ਹੈ ਵੀਰੇ। ਇਹ ਜਿਹੜੀਆਂ ਆਪਾਂ ਮੱਝਾਂ ਅੱਜ ਦਿਖਾਉਣੀਆਂ ਇਹਦੇ 'ਚੋਂ ਇਹ ਪਹਿਲੇ ਨੰਬਰ ਵਾਲੀ ਮੱਝ ਬਾਰੇ ਦੱਸੀ, ਕਿਨਵੇਂ ਸੂਈ ਸੂਈ ਹੈ? ਦੂਜਾ ਸੂਆ ਸੂਈ ਆ ਜੀ, ਮਗਰ ਕੱਟੀ ਆ। ਤੀਜਾ ਦਿਨ ਸੂਈ ਨੂੰ ਹੋਇਆ ਅੱਜ ਇਹਨੂੰ। ਤੀਜਾ ਦਿਨ ਸੂਈ ਨੂੰ ਹੋਇਆ ਤੇ 11 ਲੀਟਰ ਬੋਲਾ ਤਿਆਰ ਆ। 11 ਲੀਟਰ ਬੋਲਾ ਤਿਆਰ ਹੈ। ਰੇਟ ਇਹਦਾ ਦੱਸ ਦਿਓ। ਰੇਟ ਵਾ 95,000 ਕਰਦੇ ਆ ਜੀ। 95,000 ਦੋਸਤੋ, ਮੱਝ ਤੁਹਾਨੂੰ ਤੋਰ ਕੇ ਵੀ ਦਿਖਾਉਂਦੇ ਆ, ਬਾਕੀ ਬਾਈ ਜੀ ਦਾ ਵਪਾਰ ਦਾ ਕੰਮ ਉਹ ਪਹਿਲੀ ਵੀਡੀਓ 'ਚ ਵੀ ਦੱਸਿਆ ਸੀ। ਸਿੰਘ ਮੂੰਹ ਮੱਥਾ ਦੋਸਤੋ ਤੁਸੀਂ ਦੇਖ ਸਕਦੇ ਆ, ਬਾਕੀ ਜਿਹੜਾ ਥਣ ਹੋਵਾਨਾ ਦੋਸਤੋ ਇਹਦਾ ਦੇਖਣ ਵਾਲਾ, ਬਾਕੀ ਇਹਦੇ ਜਿਹੜਾ ਥਣਾ ਬਾਈ, ਇਹ ਮੱਝਾਂ ਦੇ ਜਿਹੜਾ ਥਣਾ ਪਸਮਾ ਹੈ ਉਹਦਾ ਕਾਰਨ ਦੱਸ ਇਹ ਜੀ। ਸੁਬਾ ਟਾਈਮ ਨਾਲ ਥੋੜੀਆਂ ਚੋਤੀਆਂ ਸੀ, ਕਿਉਂਕਿ ਪਹਿਲਾਂ ਵੀਡੀਓ ਬਣਾਉਣ ਦਾ ਟਾਈਮ ਸੀ 10-11 ਵਜੇ ਦਾ, ਉਸ ਤੋਂ ਬਾਅਦ ਮੁੜ ਕੇ ਲੇਟ ਹੋ ਗਏ ਤੇ ਹੁਣ ਇਹਨਾਂ ਦੀ ਚਵਾਈ ਦਾ ਟਾਈਮ ਹੋ ਗਿਆ, ਮਤਲਬ ਉਹਦੇ ਕਰਕੇ ਪਸਮਾ ਕਰ ਗਈ। ਠੀਕ ਹੈ ਦੋਸਤੋ, ਲਗਭਗ 6 ਵਜੇ ਦਾ ਟਾਈਮ ਆ ਸ਼ਾਮ ਦਾ, ਵੀਡੀਓ ਬਣਾਉਣ 10 ਵਜੇ ਆਉਣਾ ਸੀ ਪਰ ਰਸਤੇ 'ਚ ਇੱਕ ਜਗ੍ਹਾ 'ਤੇ ਬਾਰਿਸ਼ ਕਾਫੀ ਸੀ, ਉਹਦੇ ਕਰਕੇ ਵਾਪਸ ਜਾਣਾ ਪਿਆ। ਉਸ ਤੋਂ ਬਾਅਦ ਧੁੱਪ ਚੰਗੀ ਸੀਗੀ, ਸੋ ਖੋਲੀ ਵੀਰੇ ਨੂੰ, ਉਹਦੇ ਕਰਕੇ ਦੋਸਤੋ ਇਹ ਸੁਬਾ ਸਦਿਆਂ ਚੋਈਆਂ ਸੀ, ਕਿਉਂਕਿ ਹਵਾਨਾ ਜਿਹੜਾ ਪਸ਼ੂ ਦਾ ਜੇ ਭਰਿਆ ਹੋਵੇ ਤਾਂ ਫਿਰ ਉਹ ਸੋਹਣਾ ਦਿਸਦਾ ਹੈ, ਉਹਦੇ ਨਾਲ ਤੁਹਾਨੂੰ ਵੀ ਪਰਖ ਹੋ ਜਾਂਦੀ ਹੈ, ਉੱਚਾ ਨੀਵਾਂ ਹਵਾਨਾ ਜਿਹੜਾ ਉਹ ਵੀ ਦੋਸਤੋ ਦਿਸ ਜਾਂਦਾ। ਸੋ ਉਹ ਪਸਮਾ ਇਸ ਕਰਕੇ ਕੀਤਾ ਹੈ। ਬਾਕੀ ਜਿਹੜਾ ਸੂਆ ਸਵਾਇਆ ਪਸ਼ੂ ਆ ਦੋਸਤੋ, ਉਹਦੇ 'ਚ ਬੇਸ਼ੱਕ ਉਹਦੇ 'ਚ ਦੁੱਧ ਕਿੰਨਾ ਛੱਡਿਆ ਹੋਵੇ ਕੁਛ ਹੋਵੇ, ਤਸੱਲੀ ਤੁਸੀਂ 2-3 ਟਾਈਮ ਚੋ ਕੇ ਕਰ ਲਿਆ ਕਰੋ। ਮੈਂ ਹਰੇਕ ਵੀਡੀਓ 'ਚ ਇਹ ਗੱਲ ਕਰਦਾ ਹੁੰਦਾ। ਬਾਕੀ ਆਪਦਾ ਜਿਹੜਾ ਤੁਸੀਂ ਕੋਈ ਵੀ ਬਰਤਨ ਜਾਂ ਆਪਦਾ ਜੇ ਕੰਡੇ ਨਾਲ ਦੁੱਧ ਚੋਖਣਾ, ਕੰਡਾ ਭਾਵੇਂ ਦੋਸਤੋ ਨਾਲ ਲੈ ਕੇ ਆ ਜਾਓ, ਉਹਦੇ ਹਿਸਾਬ 'ਤੇ ਤੁਸੀਂ ਤਸੱਲੀ ਕਰਕੇ ਪਸ਼ੂ ਨੂੰ ਖੋਲ੍ਹੋ। ਕੋਸ਼ਿਸ਼ ਕਰੋ ਦੋਸਤੋ, ਪਸ਼ੂ ਕਿਤੋਂ ਵੀ ਲੈਣਾ ਉਹਦੀ ਚੰਗੀ ਤਰ੍ਹਾਂ ਤਸੱਲੀ ਨਿਰਖ ਪਰਖ ਕਰਕੇ ਪਸ਼ੂ ਨੂੰ ਖਰੀਦੋ, ਕਿਉਂਕਿ ਮੈਂ ਪਹਿਲੀਆਂ ਵੀਡੀਓ 'ਚ ਵੀ ਇਹ ਗੱਲ ਕਰਦਾ ਹੁੰਦਾ ਵੀ ਪੈਸੇ ਜਦੋਂ ਤੁਸੀਂ ਦੇਣੇ ਆ ਜਿਹਨੇ ਪਸ਼ੂ ਵੇਚਣਾ, ਉਸ ਵੀਰ ਨੇ ਵੀ ਪੂਰੇ ਗਿਣ ਕੇ ਤੁਹਾਡੇ ਕੋਲੋਂ ਫੜਨੇ ਆ ਪੈਸੇ, ਤੁਹਾਡਾ ਵੀ ਹੱਕ ਆ ਦੋਸਤੋ ਤਸੱਲੀ ਆਪਦੀ ਫੁੱਲ ਹੋਵੇ ਫਿਰ ਪਸ਼ੂ ਨੂੰ ਖਰੀਦਿਆ ਜਾਵੇ। ਚੰਗੀ ਮੱਝ ਲੱਗਦੀ ਹੈ ਦੋਸਤੋ, ਪੁੜੇ ਬਹੁਤ ਲੰਬਾਈ 'ਚ ਹੈ, ਤੁਸੀਂ ਦੇਖ ਹੀ ਰਹੇ ਹੋਵੋਗੇ ਵੀਡੀਓ ਦੇ ਵਿੱਚੋਂ, ਵੇਲ ਬਹੁਤ ਜ਼ਿਆਦਾ ਹੈ, ਬਾਕੀ ਜੋ ਸਟਰਕਚਰ ਆ ਉਹ ਤੁਹਾਡੇ ਸਾਹਮਣੇ ਆ ਦੋਸਤੋ, ਥਣਾਂ ਦੀ ਸ਼ੇਪ ਤੁਹਾਡੇ ਸਾਹਮਣੇ ਆ, ਪਸਮਾ ਹੋਇਆ ਵਿਆ ਇਹਦੇ ਤੋਂ ਤੁਹਾਨੂੰ ਥਣਾਂ ਦਾ ਪਸਮਾ ਵੀ ਦਿਸ ਰਿਹਾ ਹੋਊਗਾ ਵੀ ਕਿੱਦਾਂ ਦੀ ਕੁਆਲਿਟੀ ਦੇ ਵਿੱਚ ਥਣ ਨਿਕਲਦਾ ਪਸਮਾ ਤੋਂ ਬਾਅਦ 'ਚ। ਕੱਟੀ ਦੋਸਤੋ ਇਹਦੀ ਤੁਹਾਨੂੰ ਦਿਖਾ ਦਿੰਦਾ, ਇਹ ਪਹਿਲੇ ਨੰਬਰ ਵਾਲੀ ਕੱਟੀ ਜਿਹੜੀ ਇਸੇ ਮੱਝ ਦੀ ਹੈ, ਨਾੜੂਆਂ ਨਾਲ ਆ, 3 ਕੁ ਦਿਨਾਂ ਦੀ ਬਾਈ ਜੀ ਹੋਰੀ ਦੱਸਦੇ ਵੀ ਸੂਈ ਹੈ। 11 ਕਿਲੋ ਬੋਲਾ ਹੈਗਾ ਦੋਸਤੋ, ਅੱਗੇ ਜਿਹੜਾ ਦੁੱਧ ਇਹ ਵਧੂਗੀ ਉਹ ਸੇਵਾ ਨਾਲ ਤੁਹਾਡੀ ਨਾਲ ਵਧੂਗੀ। ਇੱਕ ਹੋਰ ਮੱਝ ਹੈ ਬਾਈ ਜੀ ਕੋਲ, ਇਹਦੇ ਬਾਰੇ ਵੀ ਪੁੱਛਦੇ ਹਾਂ ਬਾਈ। ਜਿਹੜੀ ਇਹ ਦੂਜੇ ਨੰਬਰ ਤੇ ਮੱਝ ਹੈ ਇਹਦੇ ਬਾਰੇ ਵੀ ਦੱਸਦੀ, ਇਹ 91 ਸੂਏ ਸੂਈ ਹੈ। ਇਹ ਬਾਈ ਆਂਦੇ ਤੇ ਦੂਜਾ ਪਰ ਤੀਜਾ ਸੂਆ ਲੱਗਦੀ ਆ ਸੂਈ ਆਪਾਂ ਨੂੰ। ਠੀਕ ਹੈ, ਤੀਜਾ ਸੂਆ ਸੂਈ ਲੱਗਦੀ ਹੈ। 12 ਲੀਟਰ ਦੁੱਧ ਤਿਆਰ ਹੈ ਇਸ ਟਾਈਮ। ਕਿੰਨੇ ਦਿਨਾਂ ਦੀ ਸੂਈ ਹੋ ਗਈ? ਇਹਨੂੰ ਸੂਈ ਨੂੰ 6 ਦਿਨ ਹੋ ਗਿਆ ਜੀ। ਠੀਕ ਹੈ, ਤੇ ਇਹਦਾ ਰੇਟ ਕੀ ਕਰਦੇ? ਇਹਦਾ ਰੇਟ 70,000 ਕਰਦੇ ਆ। 70,000 ਦੋਸਤੋ ਮੱਝ ਤੁਹਾਨੂੰ ਤੋਰ ਕੇ ਦਿਖਾਉਣੇ ਆ, ਮੱਥੇ 'ਚ ਬਲ ਹੈਗਾ। ਦੂਜਾ ਸੂਆ ਬਾਈ ਜੀ ਹੋਰੀ ਦੱਸਦੇ ਵੀ ਮਾਲਕਾਂ ਨੇ ਦੱਸਿਆ ਸੀ, ਪਰ ਤੀਜਾ ਸੂਏ ਮੱਝ ਹੈਗੀ ਹੈ ਜਿਹੜਾ ਬਾਈ ਜੀ ਹੋਰਾਂ ਦੀ ਜੱਜਮੈਂਟ ਹੈ। ਬਾਕੀ ਪੂਛ ਦੋਸਤੋ ਜ਼ਿਆਦਾ ਵਾਈਟ ਆ, ਮੱਥੇ 'ਚ ਵੀ ਬਲ ਹੈਗਾ। ਪਿਛਲੇ ਥਣ ਤੁਸੀਂ ਦੇਖ ਲਓ, ਹਵਾਨਾ ਦੇਖ ਲਓ, ਖੜੀ ਚੰਗੀ ਹੈ ਮੱਝ, ਇਸੇ ਤਰ੍ਹਾਂ ਦਿਖਾ ਦਿੰਦੇ ਹਾਂ। ਬਾਕੀ ਤੁਹਾਨੂੰ ਤੋਰ ਕੇ ਵੀ ਦੋਸਤੋ ਦਿਖਾ ਦਿਆਂਗੇ। ਅਗਲੇ ਤੇ ਪਿਛਲੇ ਥਣ ਦੇ ਵਿੱਚ ਆਪਸ ਵਿੱਚ ਬਿੱਥੀ ਥੋੜੀ ਘੱਟ ਆ ਦੋਸਤੋ, ਉਹ ਵੀਡੀਓ 'ਚ ਤੁਸੀਂ ਦੇਖ ਹੀ ਲੈਣਾ, ਬਾਕੀ ਤੁਹਾਨੂੰ ਮੈਂ ਵੀ ਦਿਖਾ ਦੂੰਗਾ, ਦੇਖ ਸਕਦੇ ਆ। ਤੇ ਹਾਲਾਂਕਿ ਪਸਮਾ ਹੋਇਆ ਵਿਆ, ਖੋਲ ਲਾ ਬਈ ਤੋਰ ਲੈਣ, ਪਸਮਾ ਕਰਕੇ ਜਿਹੜਾ ਇਹ ਬਿੱਥੀ ਤੁਹਾਨੂੰ ਹੁਣ ਘੱਟ ਲੱਗੂਗੀ, ਕਿਉਂਕਿ ਕੁਸ ਪਸੂ ਪਸਮਾ ਅਗਲੇ ਥਣਾਂ ਦਾ ਪਿਛਲੇ ਪਾਸੇ ਨੂੰ ਕਰ ਜਾਂਦੇ ਆ। ਬਾਕੀ ਤਸੱਲੀ ਦੋਸਤੋ ਤੁਸੀਂ ਆਪ ਕਰ ਸਕਦੇ ਆ, ਮੇਰਾ ਕੰਮ ਤੁਹਾਨੂੰ ਵੀਡੀਓ ਦੇ ਵਿੱਚ ਪਸ਼ੂ ਦਿਖਾਉਣਾ, ਪਸ਼ੂ ਦੀ ਤੁਸੀਂ ਕੁਆਲਿਟੀ ਦੇਖ ਲੈਣੀ ਹੈ, ਪਸ਼ੂ ਨੂੰ ਕੱਦ ਕਾਠ ਜਿਹੜਾ ਹੈਗਾ ਉਹ ਦੇਖ ਲੈਂਦੇ ਆ, ਬਾਕੀ ਹਰੇਕ ਪੱਖ ਤੋਂ ਤਸੱਲੀ ਆਪ ਕਰਨੀ ਹੈ।
कोशिश करिया करो। मैं पहला भी कहता यह गल भी तुसी आके पशु नूं देख के फिर पशु नूं खरीदो, आपदी पूरी तसली दे नाल रीझ दे नाल जिहड़ा सौदा करो। वाह बंदे वीरे, सो इहदा रेट भी तुहानूं दसदा दोस्तो, डिटेल सारी दसदी है। बाकी पसंद तुहाडी अपनी है, तसली भी दोस्तो तुसी आप करनी है। इहदे मगर एक कट्टा है, वह भी तुसी स्क्रीन उत्ते देख रहे हैं। सो ये दो मझां बाई जी होरां कोल इस टाइम वकाऊ है, सारी डिटेल पुछती है, पशु तुहानूं दिखाते है, पसंद थोड़ी है, तसली तुसी आप करनी है। धन्नवाद दोस्तों वीडियो देखने वास्ते, जिहदे पसंद आउंदा इहनां चों कोई भी पशु ओह बाई जी होरां नाल गल्लबात करके सौदा कर सकदा।